ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ। ਮੈਂ ਸਭ ਤੋਂ ਤੁਸੀਂ ਦੇਖ ਰਹੇ ਹੋ ਡੈਵਿਲ ਟਵਾਣਾ ਯੂਟਿਊਬ ਚੈਨਲ। ਅਤੇ ਮਿੱਤਰੋ, ਕਾਲੀ ਜੱਟ ਬਾਈ ਫਿਰ ਲੈ ਕੇ ਆ ਗਿਆ ਆਪਣੀ ਮਸ਼ੀਨ। ਅਤੇ ਮਿੱਤਰੋ, ਆਪਾਂ ਜਿਹੜੀ ਉਹ ਪ੍ਰੋਬਲਮ ਆ ਰਹੀ ਸੀਗੀ ਵੀ ਯਾਰ ਉਹ ਮਸ਼ੀਨ ਚੱਲ ਨਹੀਂ ਸੀ ਰਹੀ, ਅਤੇ ਉਹ ਹੱਲ ਕਰ ਲਿਆ। ਅਤੇ ਬਾਈ ਉਹ ਮਸ਼ੀਨ ਟਰੈਕਟਰ ਪਿੱਛੇ ਨਹੀਂ ਬਾਈ ਲੱਗਣੀ, ਉਹ ਲੱਗਣੀ ਸੀ ਆਹ ਦੇਖੋ, ਆਹ ਲੱਗਿਆ ਉਹ ਮੂਹਰੇ ਬਾਈ ਮਸ਼ੀਨ। ਪਹਿਲਾਂ ਕਟਰ ਆਹੀ ਸੀਗਾ, ਅਤੇ ਹੁਣ ਬਾਈ ਮਸ਼ੀਨ ਦੇ ਮੂਹਰੇ ਕਟਰ ਆਪਾਂ ਉਹ ਲਾਤਾ, ਜਿਹੜਾ ਰੋਟਾਵੀਟਰ ਜਿਹਾ ਵਰਗਾ ਕਟਰ ਜਿਹਾ ਸੀਗਾ ਯਾਰ। ਅਤੇ ਮਿੱਤਰੋ ਆਹ ਦੇਖੋ, ਚਲਾ ਕੇ ਦੇਖੀ ਮਾੜੀ ਮਸ਼ੀਨ ਚੱਲ ਪਈ। ਅਤੇ ਪਹਿਲਾਂ ਬਾਈ ਪਤਾ ਹੀ ਨਹੀਂ ਸੀਗਾ, ਚਲੋ ਹੌਲੀ ਹੌਲੀ ਪਤਾ ਲੱਗ ਜਾਂਦਾ ਬਾਈ ਜਿਹੜੇ ਕੰਮਾਂ 'ਚ ਬੰਦਾ ਪੈ ਜਾਵੇ ਨਾ, ਫਿਰ ਹੌਲੀ ਹੌਲੀ ਉਹਨੂੰ ਹਿਸਾਬ ਆਉਣ ਲੱਗ ਜਾਂਦਾ। ਅਤੇ ਮਿੱਤਰੋ ਟਰੈਕਟਰ ਖੜ੍ਹੇ ਨੇ ਆਪਣੇ ਉੱਧਰ, ਅਤੇ ਟਰਾਲੀਆਂ ਵੀ ਯਾਰ, ਇੱਕ ਤਾਂ ਟਰਾਲੀ ਬਾਈ ਹੈਗੀ ਆ, ਦਿਖਾਉਣਾ ਤੁਹਾਨੂੰ, ਬਾਹਲੀ ਡਿਫਰੈਂਟ ਜੀ ਟਰਾਲੀ ਆ। ਅਤੇ ਮਿੱਤਰੋ ਇੱਕ ਤਾਂ ਡਾਇਨਾਸੌਰ ਸੋਰੀ ਡਰੈਗਨ ਬਾਈ, ਓਲਡ ਡਰੈਗਨ ਬਾਈ, ਹੁਣ ਤਾਂ ਚਲੋ ਨਿਊ ਆ ਗਿਆ ਲੱਕੀ ਬਾਈ ਕੋਲੇ। ਮਿੱਤਰੋ ਡਰੈਗਨ ਖੜ੍ਹਾ, ਡਰੈਗਨ ਦੇ ਪਿੱਛੇ ਟਰਾਲੀ ਦੇਖੋ ਬਾਈ, ਚਾਈਨਾ ਵਾਲੀ ਬਾਈ ਜਿਵੇਂ ਹੁੰਦੀ ਆ ਪਟਿਆਂ ਵਾਲੀ ਟਰਾਲੀ ਆ, ਇਹਦੇ ਟਾਇਰ ਨਹੀਂ ਹੈਗੇ, ਪਟੇ ਜਿਹੇ ਨੇ। ਅਤੇ ਮਿੱਤਰੋ ਇਹ ਟਰਾਲੀ ਕਿਉਂ ਲਿਆਂਦੀ ਆ, ਇਹ ਵੀ ਇੱਕ ਕਾਰਨ ਆ। ਅਤੇ ਮਿੱਤਰੋ ਇਹਦਾ ਖਾਸਾ ਬੜਾ ਵਿੱਚੋਂ ਕਾਫੀ ਖੁੱਲੀ ਆ ਯਾਰ ਚੌੜੀ ਵਾਲੇ ਦੁਆਲੇ ਨੂੰ। ਅਤੇ ਮਿੱਤਰੋ ਆਹ ਸਿਸਟਮ ਇਹਦਾ ਜਿਹੜਾ, ਆਹ ਜਿਹੜੇ ਲੱਗੀ ਹੋਈ ਇੱਧਰ ਜਾਲੀ ਜੀ ਲੱਗਦੀ ਆ ਤੁਹਾਨੂੰ, ਇਹ ਬਾਈ ਚੱਕ ਕੇ ਜਿਹੜੀ ਇਹਦੇ ਵਿੱਚ ਆਪਣੀ ਫਸਲ ਹੋਊਗੀ, ਚੱਕ ਕੇ ਦੂਜੀ ਟਰਾਲੀ 'ਚ ਪਾ ਦਿੰਦਾ। ਅਤੇ ਮਿੱਤਰੋ ਇੱਧਰ ਖੜ੍ਹੀ ਆਪਣੀ ਇੰਡੀਅਨ ਟਰਾਲੀ। ਮਿੱਤਰੋ ਬੈੱਡ, ਤੁਹਾਨੂੰ ਪਤਾ ਹੁਣ ਫਸਲ ਦਾ ਟਾਈਮ ਹੈ ਨੀਗਾ, ਬੈੱਡ ਤਾਂ ਕਰਕੇ ਲਾਹਿਆ ਹੋਇਆ ਸੀਗਾ, ਅਤੇ ਇੱਦਾਂ ਹੀ ਮਿਲੀ ਆ। ਚਲੋ ਲੰਬੀ, ਕਾਫੀ ਲੰਬਾ ਟਰਾਲਾ ਬਾਈ, ਦੇਖਦੇ ਹਾਂ ਇਹ 'ਚ ਪਾ ਲਾਂਗੇ। ਅਤੇ ਟਰਾਲੀ ਦੱਸਿਓ ਬਾਈ, ਵਧੀਆ ਤਿਆਰ ਕੀਤੀ ਹੋਈ ਐਨ ਪੂਰੀ। ਅਤੇ ਮਿੱਤਰੋ ਇੱਧਰ ਆਪਣਾ ਖੜ੍ਹਾ ਜੌਂਡੀਅਰ, ਅਤੇ ਕਿਹਾ ਬਾਈ ਮਸ਼ੀਨ ਚਲਾਈਏ। ਅਤੇ ਮਸ਼ੀਨ 'ਤੇ ਬਹਿੰਦੇ ਹਾਂ ਬਾਈ, ਫਿਰ ਚਲਾਉਂਦੇ ਹਾਂ ਮਸ਼ੀਨ। ਆਹ ਸਾਰਾ ਬਾਈ ਇਹਦਾ ਟੈਂਕ ਆ, ਆਹ ਪਿੱਛੇ ਇੰਜਣ ਲੱਗਿਆ ਸਲਾਂਸਰ, ਇੰਜਣ ਬਾਈ ਅੰਦਰ ਢੱਕਿਆ ਪਿਆ ਐਨ। ਅਤੇ ਪਹਿਲਾਂ ਤਾਂ ਬਾਈ ਲਿਫਟ ਚੱਕ ਕੇ ਆਹ ਚਲਾਤਾ ਬਾਈ ਕਟਰ, ਹੁਣ ਲਿਫਟ ਸਿੜਤੀ। ਆਹ ਬਾਈ ਜਿਹੜਾ ਕਟਰ ਲੱਗਿਆ ਹੋਇਆ ਇਹਦਾ ਕੰਮ ਦੇਖੋ, ਆ ਜਿਹੜੀ ਉੱਪਰ ਵੇਸਟੇਜ ਆ ਉਹਨੂੰ ਆਹ ਥੱਲੇ ਇੱਥੇ ਗ੍ਰੈਂਡ ਕਰ ਦਿੰਦਾ, ਇੱਥੇ ਹੀ ਮਲ ਦਿੰਦਾ। ਪਿੱਛੇ ਕਟਰ ਬਾਈ ਆਹ ਲੱਗਿਆ ਹੋਇਆ, ਉਹ ਥੱਲੋਂ ਸ਼ਲਗਮਾਂ ਕੱਢਦਾ ਅਤੇ ਫਿਰ ਟੈਂਕਰ 'ਚ ਜਾਂਦੀਆਂ ਨੇ। ਇਹਦਾ ਸਿਰਫ ਕੰਮ ਕੀ ਆ, ਜਿਹੜੇ ਆ ਉੱਪਰਲੇ ਛਿਲਕੇ ਨੇ, ਫੋਲਕ ਨੇ, ਉਹਨਾਂ ਨੂੰ ਬਸ ਬਾਈ ਰਗੜਨਾ। ਅਤੇ ਚਲੋ ਬਾਈ ਮਿੱਤਰੋ, ਐਕਸਪਲੇਨੇਸ਼ਨ ਬਹੁਤ ਹੋਊਗੀ, ਅਤੇ ਚਲਾਉਂਦੇ ਹਾਂ ਬਾਈ ਮਸ਼ੀਨ। ਅਤੇ ਆਹ ਦੇਖੋ ਬਈ ਕੈਮਰਾ ਵਿਊ, ਅਤੇ ਮਿੱਤਰੋ ਬਾਹਲਾ ਅੰਦਰੋਂ ਤਾਂ ਸਿਸਟਮ ਇਹਦਾ ਬਾਹਲਾ ਜ਼ਿਆਦਾ ਆ। ਇੱਧਰ ਟੈਬਾਂ ਟੂਬਾਂ ਹੀ ਲੱਗੀਆਂ ਨੇ, ਜੋਇਸਟਿਕ ਬਾਈ ਜੋਇਸਟਿਕ ਨਾਲ ਚੱਲਦੀ ਆ ਬਾਈ, ਜੋ ਰੇਸ ਦਿੰਦੇ ਆ ਜੋਇਸਟਿਕ ਨਾਲ ਅੱਗੇ ਵੱਧਦੀ ਆ ਇਹ, ਮੈਂ ਵੀ ਹੁਣੇ ਨੋਟਿਸ ਕੀਤਾ ਯਾਰ। ਕਟਰ ਬਾਹਲਾ ਜ਼ਿਆਦਾ ਛੋਟਾ ਨਹੀਂ ਯਾਰ ਮਸ਼ੀਨ ਦਾ, ਜਿਵੇਂ ਆਪਣੀ ਦੂਈ ਕੰਬਾਈਨ ਦਾ ਹੁੰਦਾ ਬਾਈ ਕਟਰ, ਉਹ ਦੇਖੋ ਕਿੰਨਾ ਜ਼ਿਆਦਾ ਉਹ ਹੁੰਦਾ ਬਾਹਰ ਨੂੰ, ਅਤੇ ਤਾਂ ਬਾਈ ਟਾਇਰੇ ਕਵਰ ਕਰ ਰਿਹਾ ਯਾਰ ਮਸ਼ੀਨ ਜਿੰਨਾ ਕਾ, ਬਸ ਮਸ਼ੀਨ ਤੋਂ ਜਮਾਂ ਵੀ ਬਾਹਰ ਨਹੀਂ ਹੈਗਾ, ਗਿੱਠ ਬਾਹਰ ਵੀ ਨਹੀਂ ਹੈਗਾ ਯਾਰ। ਅਤੇ ਲਓ ਮਿੱਤਰੋ ਟਰਾਲੀ ਦੇਖੋ, ਐਂ ਲਵੇ ਲਾ ਕੇ ਖੜਾਤੀ, ਅਤੇ ਹੁਣ ਬਾਈ ਆਹ ਚੈਨ ਜੀ ਚਲਾਉਂਦੇ ਹਾਂ ਅਤੇ ਪਾਉਂਦੇ ਹਾਂ ਯਾਰ ਇਹਦੇ ਵਿੱਚ। ਇਹ 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 ਜੁਗਾੜ ਲੱਗ ਗਿਆ ਮੈਨੂੰ ਲੱਗਦਾ ਬਾਈ ਟਰਾਲੀ ਨਾਲ, ਆਹ ਦੇਖੋ ਬਾਈ ਇੱਦਾਂ ਪੈਂਦੇ ਨੇ ਇਹ ਸ਼ਲਗਮ ਬਾਈ ਇਹਦੇ ਵਿੱਚ। ਅਤੇ ਆ ਜਿਹੜਾ ਟਰਾਲੀ ਦੇ ਉੱਤੇ ਆ ਬਾਈ, ਇਹ ਵੀ ਇੱਦਾਂ ਹੀ ਕੰਮ ਕਰਦਾ ਚੈਨ ਜੀ ਆ ਵਾਲੀ, ਇਹ ਵੀ ਜਿਹੜੀ ਦੂਈ ਟਰਾਲੀ ਉਹ ਜਿਹੜੀ ਖੜ੍ਹੀ ਆ ਉਹਦੇ ਵਿੱਚ ਪਾਵਾਂਗੇ, ਅਤੇ ਇਹ ਵੀ ਇੱਦਾਂ ਹੀ ਕੰਮ ਕਰਦੇ ਨੇ। ਟਰਾਲੀ ਯਾਰ ਥੱਲੇ ਲੱਗ ਗਈ ਮਿੱਤਰੋ, ਦੂਆ ਟਰੈਕਟਰ ਨਾਲ ਮਾੜੀ ਪਿੱਛੋਂ ਧੱਕ ਦਈਏ। ਨਹੀਂ ਬਾਈ ਨਹੀਂ ਯਾਰ, ਜਮੀਨ ਤੁਰਦੀ ਤਾਂ ਟਰਾਲੀ ਹੀ ਚੱਕਰ ਪੈ ਗਿਆ ਬਾਈ, ਟਰੈਕਟਰ ਮੂਹਰੇ ਪਾਉਂਦੇ ਆ ਯਾਰ।
ਡਰੈਗਨ ਨੂੰ ਕੱਢ ਕੇ ਬਈ ਇਹ ਪਾਉਂਦੇ ਹਾਂ 50 PRD। ਇਹੀ ਬਈ ਚੱਕਰ ਆ, ਥੋੜ੍ਹਾ ਖੱਤਾ ਨੀਵਾਂ ਆਲੇ ਦੁਆਲੇ ਉੱਚਾ, ਮੈਨੂੰ ਲੱਗਿਆ ਹੀ ਤੀ ਬਈ ਟਰਾਲੀ ਦਾ ਚੱਕਰ ਪਊਗਾ। ਕਿਉਂ ਬਈ ਮਿੱਤਰੋ ਲੈ ਗਿਆ ਇਹ ਤਾਂ ਟਰੈਕਟਰ, ਉਹ ਥੋੜ੍ਹੀ ਥੋੜ੍ਹੀ ਉਹ ਬੱਲੇ 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 ਨਾ 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 ਟਰਾਲੀ ਫਿਰ ਥੱਲੇ ਲੱਗ ਗਈ ਬਈ ਯਾਰ, ਕੀ ਚੱਕਰ ਪੈ ਰਿਹਾ, ਟਰਾਲੀ ਵਾਰੀ ਵਾਰੀ ਥੱਲੇ ਲੱਗੀ ਜਾਂਦੀ ਹੈ ਯਾਰ। ਅਤੇ ਮਿੱਤਰੋ ਇਹ ਟਰੈਕਟਰ 'ਚ ਯਾਰ ਜਾਨ ਵੱਧਦਾ ਉਹਦੇ ਨਾਲੋਂ, ਡਰੈਗਨ ਨਾਲੋਂ ਇਹ, ਪਰ ਬਾਈ ਮੂਹਰੋਂ ਹਲਕਾ ਯਾਰ, ਕਿੱਧਰ ਨੂੰ ਘੁੰਮ ਗਿਆ। ਅਤੇ ਮਿੱਤਰੋ ਭਰ ਗਈ ਯਾਰ ਟਰਾਲੀ ਉਹ, ਮੈਨੂੰ ਤਾਂ ਇੱਦਾਂ ਸੀਗਾ ਯਾਰ ਇਹਦੇ ਵਿੱਚ ਪਊ, ਪਰ ਨਹੀਂ ਬਾਈ ਟਰਾਲੀਆਂ, ਇੱਕ ਹੋਰ ਟਰਾਲੀ ਲੈ ਕੇ ਆਉਣੀ ਪੈਣੀ ਆ ਬਾਈ ਬੈੱਡ ਵਾਲੀ ਹੁਣ। ਅਤੇ ਮਿੱਤਰੋ ਅੱਜ ਲਈ ਇੱਥੇ ਵੀਡੀਓ ਐਂਡ ਕਰਦੇ ਹਾਂ ਯਾਰ। ਆ ਦੋ ਟਰਾਲੀਆਂ ਹੁਣ ਦੋਨੇ ਭਰੀਆਂ ਖੜੀਆਂ ਨੇ ਬਾਈ, ਉਹਦੇ ਵਿੱਚ ਹਲੇ ਇੱਕ ਟੈਂਕ ਆ ਉਹ ਕੱਢ, ਇਹਦੇ ਵਿੱਚ ਪਾਉਣਾ ਟਰਾਲੀ ਦੇ ਆਪਾਂ ਲਾਲ ਟਰਾਲੀ ਦੇ ਜਿਹੜੀ ਆ ਚਾਈਨਾ ਵਾਲੀ ਆ, ਇੱਕ ਟੈਂਕ ਜਿਹੜਾ ਬਾਈ ਉਹਦੇ ਵਿੱਚ ਆ ਉਹ ਇਹਦੇ ਵਿੱਚ ਪਾਉਣਾ ਹਲੇ, ਅਤੇ ਉਹ ਟੈਂਕ ਨਾਲ ਬਾਈ ਭਰ ਜਾਣੀ ਆ ਇਹ, ਅਤੇ ਆ ਵੀ ਭਰੀ ਪਈ ਆ। ਅਤੇ ਬਾਈ ਬਾਕੀ ਹੁਣ ਅਗਲੀ ਵੀਡੀਓ 'ਚ ਕਰਾਂਗੇ ਆਪਾਂ, ਅਤੇ ਟਰਾਲੀ ਬਾਈ ਅਗਲੀ ਵੀਡੀਓ 'ਚ ਜਾਂ ਤਾਂ ਬਾਈ ਇਹਦੀ ਬੈੱਡ ਲਵਾ ਲਿਆਉਣਾ, ਜਿਹੜੀ ਉਰਲੀ ਟਰਾਲੀ ਆ 24 ਫੁੱਟੀ ਆਪਣੀ, ਇਹਦੀ ਬੈੱਡ ਲਵਾ ਲਿਆਵਾਂਗੇ। ਅਤੇ ਨਹੀਂ ਬਾਈ ਦੇਖਾਂਗੇ ਦੂਈਆਂ ਬੜੀਆਂ ਟਰਾਲੀਆਂ, ਦੋ ਦੋ ਤਿੰਨ ਤਿੰਨ ਇਕੱਠੀਆਂ ਲਿਆਵਾਂਗੇ, ਟਰੈਕਟਰ ਵੀ ਇਕੱਠੇ ਕਰਨੇ ਪੈਣਗੇ। ਅਤੇ ਅੱਜ ਦੀ ਵੀਡੀਓ ਕਰਦੇ ਹਾਂ ਬਾਈ ਇੱਥੇ ਐਂਡ, ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ, ਅਤੇ ਬਾਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਥੈਂਕਸ ਫੋਰ ਵਾਚਿੰਗ।